ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਬੀਏ ਸੈਮੈਸਟਰ 5 ਇੰਗਲਿਸ਼ ਕੰਪਲਸਰੀ ਦੀ ਵੀਡੀਓ ਸੀਰੀਜ਼ ਦੇ ਵਿੱਚ ਰਿਪੋਰਟ ਰਾਈਟਿੰਗ ਕਰਾਂਗੇ ਲੈਟਰ ਰਾਈਟਿੰਗ ਮੈਂ ਦੱਸ ਦਿੱਤਾ ਹੈ ਕਿ ਕਿੱਦਾਂ ਕਰਨਾ ਹੈ ਫਾਰਮੈਟ ਤੁਹਾਨੂੰ ਦੱਸ ਦਿੱਤੇ ਨੇ ਇੰਪੋਰਟੈਂਟ ਫਾਰਮੈਟ ਦੇ ਵਿੱਚ ਜਿਹੜਾ ਹੈ ਤੁਹਾਨੂੰ ਪੰਜ ਛੇ ਤਰ੍ਹਾਂ ਦੇ ਫਾਰਮੈਟ ਦੱਸੇ ਨੇ ਪਲੱਸ ਇੰਪੋਰਟੈਂਟ ਵੀ ਨਾਲ ਹੀ ਦੱਸੀਆਂ ਹੋਈਆਂ ਸੋ ਉਹ ਵਾਲੀ ਜਿਹੜੀ ਹੈ ਲੈਟਰ ਰਾਈਟਿੰਗ ਵਾਲੀ ਵੀਡੀਓਜ਼ ਮੈਂ ਤੁਹਾਨੂੰ ਪਿੰਨ ਕਰ ਦਾਂਗੀ ਇਸ ਵੀਡੀਓ ਦੇ ਵਿੱਚ ਠੀਕ ਹੈ ਲਿੰਕ ਦੇ ਵਿੱਚ ਜਾਂ ਫਿਰ ਤੁਹਾਨੂੰ ਜਿਹੜਾ ਕਮੈਂਟ ਹੁੰਦਾ ਉੱਥੇ ਜਾ ਕੇ ਪਿੰਨ ਕਰ ਦਾਂਗੀ ਤੇ ਨਾਲ ਹੀ ਦੋਸਤੋ ਇੱਕ ਹੋਰ ਚੀਜ਼ ਕਿ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬੁਆイズ ਬਹੁਤ ਜ਼ਿਆਦਾ ਚੈਨਲ ਨੂੰ ਸਪੋਰਟ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਕਰਦੇ ਨੇ ਇੰਸਟਾ ਦੇ ਉੱਤੇ ਸਟੋਰੀਜ਼ ਵੀ ਬੁਆイズ ਦੀਆਂ ਲੱਗੀਆਂ ਹੋਈਆਂ ਨੇ ਚੈਨਲ ਦੇ ਰਿਲੇਟਿਡ ਲੇਕਿਨ ਗਰਲਜ਼ ਜੀ ਜਿਹੜੀ ਹੈ ਦੋ ਤਿੰਨ ਅ ਐਸੇ ਇਨਸੀਡੈਂਟਸ ਹੋ ਗਏ ਨੇ ਕਿ ਅੱਜ ਵੀ ਇੱਕ ਲੜਕੀ ਜਿਹੜੀ ਹੈਗੀ ਹੈ ਚੈਨਲ ਤੋਂ ਚੱਕਦੀ ਹੈ ਠੀਕ ਹੈ ਵੀਡੀਓਜ਼ ਨੂੰ ਮਿਊਟ ਕਰਕੇ ਪਾ ਦਿੰਦੀ ਹੈ ਇੰਪੋਰਟੈਂਟ ਕੁਐਸ਼ਨ ਮੇਰੇ ਚੈਨਲ ਤੋਂ ਟੈਲੀਗ੍ਰਾਮ ਤੋਂ ਚੱਕਦੀ ਹੈ ਤੇ ਉੱਥੇ ਆਪਣੇ ਚੈਨਲ ਤੇ ਪੋਸਟ ਕਰ ਦਿੰਦੀ ਹੈ ਸੋ 댓 ਇਜ਼ ਨਾਟ ਗੁੱਡ ਟੈਲੀਗ੍ਰਾਮ ਤੋਂ ਚੱਕ ਕੇ ਤੁਸੀਂ ਆਪਣੇ ਜਿਹੜਾ ਹੈ ਚੈਨਲ ਚਲਾ ਰਹੇ ਹੋ ਤੁਸੀਂ ਆਪਣੇ ਗੁਰੂ ਪ੍ਰਤੀ ਵਫਾਦਾਰ ਰਹੋ ਮੈਂ ਹੀ ਤੁਹਾਨੂੰ ਸਾਰਾ ਕੁਝ ਸਿਖਾ ਰਹੀ ਹਾਂ ਮੇਰੇ ਹੀ ਦਮ ਦੇ ਉੱਤੇ ਤੁਸੀਂ ਜਿਹੜਾ ਹੈ ਪਾਸ ਹੋ ਰਹੇ ਹੋ ਹਨਾ ਸਿੱਖ ਰਹੇ ਹੋ ਬਹੁਤ ਕੁਝ ਸਿੱਖ ਰਹੇ ਹੋ ਹਾਲੇ ਤਾਂ ਬਹੁਤ ਕੁਝ ਸਿੱਖਣਾ ਹੈ ਤਾਂ 18 19 ਸਾਲ ਦੀ ਏਜ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਸੋ ਇਹ ਇੱਕ ਲਾਸਟ ਵਾਰਨਿੰਗ ਸੀ 20000 ਸਬਸਕ੍ਰਾਈਬਰ ਨੇ ਆਪਣੇ ਠੀਕ ਹੈ ਉਹ ਮੇਰੇ ਨਾਲ ਖੜੇ ਨੇ ਤਾਂ ਇੱਕ ਦੇ ਮੁਕਾਬਲੇ 20000 ਬਹੁਤ ਜ਼ਿਆਦਾ ਹੁੰਦੇ ਤਾਂ ਰਿਪੋਰਟ ਸਟ੍ਰਾਈਕ ਤੋਂ ਬਚਣ ਲਈ ਹੇਟਡ ਕਮੈਂਟ ਤੋਂ ਬਚਣ ਲਈ ਪਲੀਜ਼ ਜਿਹੜਾ ਹੈ ਐਸੀਆਂ ਚੀਜ਼ਾਂ ਨਾ ਕਰੋ ਮੈਂ ਜਵਾਬ ਨਹੀਂ ਦਵਾਂਗੀ ਮੇਰੇ ਜਿਹੜੇ ਐ ਸਪੋਰਟਰ ਜਵਾਬ ਦੇਣਗੇ ਸੋ ਸਟਾਰਟ ਕਰਦੇ ਹਾਂ ਰੀਪੋਰਟ রাইਟਿੰਗ ਜਿਹੜੀ ਹੈਗੀ ਹੈ ਨਿਊਜ਼ਪੇਪਰ ਦੇ ਵਿੱਚ ਤਾਂ ਇੱਕ ਰਿਪੋਰਟਿੰਗ ਹੁੰਦੀ ਹੈ ਇੱਕ ਮੈਗਜ਼ੀਨ ਦੇ ਵਿੱਚ ਹੁੰਦੀ ਹੈ ਮੈਗਜ਼ੀਨ ਚ ਕੋਈ ਵੀ ਦੇ ਸਕਦਾ ਹੈ ਰਿਪੋਰਟ রাইਟਿੰਗ ਤੁਸੀਂ ਵੀ ਦੇ ਸਕਦੇ ਹੋ ਮੈਂ ਵੀ ਦੇ ਸਕਦੀ ਹਾਂ ਕੋਈ ਵੀ ਦੇ ਸਕਦਾ ਆਪਣੇ ਸਕੂਲ ਕਾਲਜ ਚ ਕੁਝ ਹੋਇਆ ਤਾਂ ਆਪਾਂ ਉਸ ਦੇ ਬਾਰੇ ਵੀ ਰਿਪੋਰਟ রাইਟਿੰਗ ਦੇ ਸਕਦੇ ਹੈਗੇ ਠੀਕ ਹੈ ਵੀ ਰਿਪੋਰਟ ਕੇ ਆ ਚੀਜ਼ ਅਸੀਂ ਕੀਤੀ ਆ ਨਿਊਜ਼ਪੇਪਰ ਵਾਲੀ ਜਰਨਲਿਸਟ ਰਿਪੋਰਟਰ ਹੀ ਦੰਦੇ ਨੇ ਠੀਕ ਹੈ ਤਾਂ ਨਿਊਜ਼ਪੇਪਰ ਵਾਲੀ ਰਿਪੋਰਟ ਲਈ ਕਿੱਦਾਂ ਕਰਨਾ ਹੈ ਹੁਣ ਫੋਰ ਐਗਜ਼ਾਮਪਲ ਤੁਹਾਨੂੰ ਇੱਕ ਫਾਰਮੈਟ ਦਿੱਤਾ ਹੋਇਆ ਹੈ ਕਿ ਯੂ ਆਰ ਮੀਥ ਤੁਸੀਂ ਮੀਤੋ ਸਟਾਫ CORRESPONDENT ਆਫ ਟਾਈਮਜ਼ ਆਫ ਇੰਡੀਆ ਦੇ ਵਿੱਚ ਨਿਊਜ਼ਪੇਪਰ ਦੇ ਵਿੱਚ ਯੂ ਆਰ ਆਸਕਡ ਟੂ ਕਵਰ ਐਨ ਐਕਸੀਡੈਂਟ ਵੇਅਰ 10 ਪੀਪਲ ਲੋਸਟ THEIR ਲਾਈਫਸ ਤਾਂ ਤੁਸੀਂ ਇੱਕ ਐਕਸੀਡੈਂਟ ਦਾ ਜਿਹੜਾ ਹੈਗਾ ਉਨੂੰ ਕਵਰ ਅਪ ਕਰਨਾ ਕਿਉਂਕਿ ਰਿਪੋਰਟਰ ਕਵਰ ਕਰਦੇ ਨੇ ਨਾ ਨਿਊਜ਼ ਨੂੰ ਤਾਂ ਜਿੱਥੇ 10 ਲੋਕਾਂ ਦੀ ਜਾਨ ਚਲੀ ਗਈ ਰਾਈਟ ਆ ਰਿਪੋਰਟ ਹੁਣ ਫਸਟ ਆਫ ਆਲ ਤਾਂ ਆਪਾਂ ਨੇ ਜਿਹੜਾ ਵੀ ਟੌਪਿਕ ਲਿਖਣਾ ਹੈ ਥੈਟ ਵਿਲ ਬੀ ਇਨ ਦਾ ਕੈਪੀਟਲ ਲੈਟਰਸ ਠੀਕ ਹੈ ਬਲੋਕ ਲੈਟਰਸ ਚ ਕੈਪੀਟਲ ਲੈਟਰਸ ਦੇ ਵਿੱਚ ਠੀਕ ਹੈ ABC ਵਾਲੀ ਵੱਡੀ ABC ਉਸ ਤੋਂ ਬਾਅਦ ਰਿਪੋਰਟਡ ਬਾਈ ਮੀਥ ਠੀਕ ਹੈ ਸਟਾਫ ਕੋਰਸਪੋਨਡੈਂਟ ਜਾਂ ਫਿਰ ਰਿਪੋਰਟਰ ਹਥੇ ਰਿਪੋਰਟਰ ਲਿਖ ਦੋ ਟਾਈਮਜ਼ ਆਫ ਇੰਡੀਆ ਨਿਊਜ਼ਪੇਪਰ ਦਾ ਨਾਮ ਡੇਟ ਅੱਜ ਦੀ ਉਸ ਤੋਂ ਬਾਅਦ ਪਲੇਸ ਥੈਨ ਕੀ ਹੋਇਆ ਤਾਂ ਇਹ ਆਪਾਂ ਨੇ ਉੱਥੇ ਨਹੀਂ ਲਿਖਣਾ ਜਸਟ ਫਾਰਮੈਟ ਲਈ ਹੀ ਦੱਸ ਰਹੇ ਆ ਤੇ ਇੱਥੇ ਜਿਹੜਾ ਹੈ ਵਾਟ ਹੈਪਨ ਕੀ ਹੋਇਆ ਤਾਂ ਤੁਸੀਂ ਹੁਣ ਪੂਰੀ ਸਟੋਰੀ ਜਿਹੜੀ ਹੈ ਨਰੇਟ ਕਰਨੀ ਹੈ ਓਪਨਿੰਗ ਓਪਨਿੰਗ ਲਾਈਨਸ ਜਿਹੜੀਆਂ ਨੇ ਲਿਖਣੀਆਂ ਨੇ ਐਟ ਲਾਸਟ ਐਟ ਲੀਸਟ 10 ਪੀਪਲ ਵਰ ਕਿਲਡ ਐਂਡ 20 ਅਦਰਸ ਵਰ ਇੰਜਰਡ ਇਨ ਅ ਪਾਸ ਐਕਸੀਡੈਂਟ ਇਨ ਵੈਸਟਰਨ ਪਾਰਟ ਆਫ ਦਿੱਲੀ ਔਨ ਟਿਊਜ਼ਡੇ ਤਾਂ ਓਪਨਿੰਗ ਲਾਈਨਸ 'ਚ ਕੀ ਲਿਖਣਾ ਹੈ ਕਿ ਵੀ ਕੀ ਹੋਇਆ ਕਿੱਦਾਂ ਹੋਇਆ ਕਿਵੇਂ ਹੋਇਆ 10 ਲੋਕ ਮਾਰੇ ਗਏ 20 ਜਿਹੜੇ ਨੇ ਜ਼ਖਮੀ ਹੋ ਗਏ ਇੱਕ ਬੱਸ ਐਕਸੀਡੈਂਟ ਦੇ ਵਿੱਚ वेस्टर्न 파ਰਟ ਦਿੱਲੀ ਦੇ ਵਿੱਚ ਐਕਸੀਡੈਂਟ ਹੋਇਆ ਟਿਊਜ਼ਡੇ ਨੂੰ ਦਾ ਐਕਸੀਡੈਂਟ ਟੁਕ ਪਲੇਸ ਐਟ 10 ਪੀਐਮ ਹੁਣ ਜਿਹੜਾ ਐਕਸੀਡੈਂਟ ਹੋਇਆ ਰਾਤ ਦੇ 12 ਵਜੇ ਹੋਇਆ ਇਨ ਦਾ ਨਾਈਟ ਇਨ ਕੈਪੀਟਲ ਸਿਟੀ ਤਾਂ ਕੈਪੀਟਲ ਸਿਟੀ ਕਿਹੜੀ ਹੈ ਦਿੱਲੀ ਤਾਂ ਦਿੱਲੀ ਦੇ ਵਿੱਚ ਇਹ ਐਕਸੀਡੈਂਟ ਹੋਇਆ ਹੁਣ ਆਪਾਂ ਨੇ ਜਿਹੜਾ ਹੈਗਾ ਇਹ ਓਪਨਿੰਗ ਲਾਈਨ ਤੋਂ ਬਾਅਦ ਆਪਾਂ ਨੇ ਜਿਹੜਾ ਹੈ ਵਾਟ ਵੈਨ ਵੇਅਰ ਵਾਲੀ ਲਾਈਨ ਲਿਖਣੀ ਹੈ ਇਹ ਤੁਸੀਂ ਉੱਥੇ ਪੇਪਰ 'ਚ ਨਹੀਂ ਲਿਖਿਆ ਨਹੀਂ ਜਸਟ ਫॉर द ਇਨਫੋਰਮੇਸ਼ਨ ਮੈਂ ਦੇ ਰਹੀ ਆ ਵਾਟ ਵੈਨ ਤੇ ਵੇਅਰ ਠੀਕ ਹੈ ਕੀ ਹੋਇਆ ਐਕਸੀਡੈਂਟ ਹੋਇਆ ਵੈਨ ਹੋਇਆ 10 ਵਜੇ ਹੋਇਆ ਕਦੋਂ ਆ ਵੇਅਰ ਮਤਲਬ ਕਿੱਥੇ ਹੋਇਆ ਕੈਪੀਟਲ ਸਿਟੀ 'ਚ ਹੋਇਆ ਠੀਕ ਹੈ ਇਹ ਲਾਈਨ ਲਿਖਣੀ ਆ ਉਸ ਤੋਂ ਬਾਅਦ ਹੈ ਆਪਾਂ ਨੇ ਓਪਨਿੰਗ ਲਾਈਨਸ ਵੀ ਲਿਖਤੀਆਂ ਵਾਟ ਵੈਨ ਵੇਅਰ ਵਾਲੀਆਂ ਲਾਈਨ ਵੀ ਲਿਖਤੀਆਂ ਹੁਣ ਕੀ ਲਿਖਣੀਆਂ ਨੇ ਆਪਾਂ ਨੇ ਵਿਕਟਮ ਦੀਆਂ ਡਿਟੇਲਸ ਠੀਕ ਹੈ ਕੌਣ ਸੀ ਵਿਕਟਮ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਕਿਵੇਂ ਐਕਸੀਡੈਂਟ ਹੋਇਆ ਇਹ ਵੀ ਲਾਈਨ ਆਪਾਂ ਨਹੀਂ ਲਿਖਣੀ ਆਪਾਂ ਨੇ ਜਸਟ ਇੱਥੇ ਤੋਂ ਹੀ ਸਟਾਰਟ ਕਰ ਦੇਣਾ ਇਨ ðiਸ ਐਕਸੀਡੈਂਟ ਪੈਰਾ ਆਪਾਂ ਨਾ ਲਿਖੋ ਤਾਂ ਵਧੀਆ ਠੀਕ ਹੈ ਪੈਰਾ ਨਹੀਂ ਜਸਟ ਇੱਥੇ ਤੋਂ ਸਟਾਰਟ ਕਰੋਂਗੇ ਠੀਕ ਹੈ ਲਿਖਣਾ ਤਾਂ ਇਨ ðiਸ ਐਕਸੀਡੈਂਟ ਥੈਟ ਟੁਕ ਪਲੇਸ ਇਨ ਵੈਸਟ ਦਿੱਲੀ ਥੈਟ ਲੈਫਟ 10 ਪੀਪਲ ਡੈਡ ਦਾ ਇਹਦੇ ਨਾਲ ਜਿਹੜਾ ਐਕਸੀਡੈਂਟ ਦਿੱਲੀ 'ਚ ਹੋਇਆ 10 ਲੋਕ ਮਾਰੇ ਗਏ 20 ਪੀਪਲ ਇੰਜਰਡ ਇਨਕਲੂਡਿਡ ਦਾ ਮੈਂਬਰ ਆਫ ਅ ਫੈਮਿਲੀ ਹੂ ਵਰ ਕਮਿੰਗ ਫਰੋਮ ਅ ਪਿਕਨਿਕ when the bus overturned ਹੁਣ ਇਹ ਕਿਤੇ picnic ਵਗੈਰਾ ਮਨਾ ਕੇ ਆ ਰਹੇ ਸੀ ਮਤਲਬ ਕਿਤੇ ਚਲੇ ਜਾਨੇ ਨਾ ਕਿ ਆਪਾਂ ਨੈਕਸਟ ਟਾਊਨ ਦੇ ਵਿੱਚ ਕੋਈ ਹਿਲ ਸਟੇਸ਼ਨ ਹੈ ਉੱਥੋਂ ਦੀ ਵਾਪਸ ਆ ਰਹੇ ਹੁੰਨੇ ਆ ਠੀਕ ਹੈ 6-7 ਵਜੇ ਗਏ ਤੇ 10 ਵਜੇ ਆਂਦੇ ਆਂਦੇ ట్రాਫਿਕ ਸੀ ਜਾਂ ਕੁਝ ਵੀ ਸੀਨ ਹੋ ਸਕਦਾ ਤਾਂ ਉਸ ਤੋਂ ਬਾਅਦ ਹੈ when the bus overturned ਤੇ ਬੱਸ ਕੀ ਹੋ ਗਈ ওভারਟਰਨਡ ਹੋ ਗਈ ਆ ਸੀਨੀਅਰ ਪੁਲਿਸ ਆਫੀਸਰ ਪੋਸਟਡ ਇਨ ਦਾ ਏਰੀਆ ਸੈੱਟ ਹੁਣ ਇਹ ਗੱਲ ਕਿਸ ਨੇ ਕਹੀ ਹੈ ਇੱਕ ਜਿਹੜਾ ਹੈਗਾ ਪੁਲਿਸ ਅਫਸਰ ਸੀਗਾ ਜਿਸ ਨੇ ਅੱਖਾਂ ਦੇਖਿਆ ਤਾਂ ਉੱਥੇ ਏਰੀਆ ਦੇ ਉੱਤੇ ਪੁਲਿਸ ਅਫਸਰ ਸੀ ਉਸਨੇ ਇਹ ਚੀਜ਼ ਕਹੀ ਹੈ ਹੁਣ ਹਾਉ ਹੋਇਆ ਕੀ ਸੀਗਾ ਅਕੋਰਡਿੰਗ ਟੂ ਪੁਲਿਸ ਹੁਣ ਆ ਵੀ ਨਹੀਂ ਆਪਾਂ ਨੇ ਲਿਖਣੀ ਇਹ ਜਸਟ ਮੈਂ ਤੁਹਾਨੂੰ ਇਨਫੋਰਮ ਕਰਨ ਲਈ ਹੈ ਠੀਕ ਹੈ ਹਾਉ ਕੀ ਚੀਜ਼ ਕਿਦਾਂ ਹੋਈ ਕਿਵੇਂ ਹੋਇਆ ਅਕੋਰਡਿੰਗ ਟੂ ਪੁਲਿਸ ਦਾ ਬੱਸ ਡਰਾਈਵਰ ਲੋਸਟ ਕੰਟਰੋਲ ਐਂਡ ਫੈਲ ਇੰਟੂ ਦਾ ਰੋਡਸਾਈਡ ਹੁਣ ਦੇਖੋ ਇਹਨੇ ਕੀ ਕਰਤਾ ਓਵਰਟਰਨ ਕਰਦੇ ਕਰਦੇ ਜਿਹੜਾ ਹੈ ਇਹਦਾ ਲੋ ਕੰਟਰੋਲ ਜਿਹੜਾ ਸੀ ਲੋਸਟ ਹੋ ਗਿਆ ਅਤੇ ਇਹ ਇੱਕ ਸਾਈਡ ਰੋਡ ਦੇ ਜਿਹੜਾ ਹੈ ਇਸਨੇ ਬੱਸ ਚੜਾ ਲਈ ਲੋਕਸ ਐਂਡ ਪੁਲਿਸ ਟੀਮਸ ਰਸ਼ਡ ਟੂ ਦਾ ਸਪੋਟ ਐਂਡ ਟੁਕ ਇੰਜਰਡ ਟੂ ਏਮਸ ਹੁਣ ਜਿਹੜੇ ਉਥੇ ਲੋਕੈਲਟੀ ਵਾਲੇ ਲੋਕ ਸੀ ਆਲੇ ਦੁਆਲੇ ਜਿਨ੍ਹਾਂ ਨੇ ਦੇਖਿਆ ਤੇ ਪੁਲਿਸ ਵਾਲੇ ਨੇ ਦੇਖਿਆ ਤਾਂ ਇਹ ਟੀਮਾਂ ਜਿਹੜੀਆਂ ਨੇ ਇਹ ਇੰਜਰਡ ਜਿਹੜੇ ਲੋਕ ਸੀ ਉਹਨਾਂ ਨੂੰ ਫਟਾਫਟ ਏਮਸ ਦੇ ਜਿਹੜਾ ਹੈ ਹਸਪੀਟਲ ਲੈ ਗਈਆਂ ਦਾ ਐਫ ਆਈ ਆਰ ਹੈਜ਼ ਬੀਨ ਰਜਿਸਟਰਡ ਅਗੇਂਸਟ ਦਾ ਡਰਾਈਵਰ ਐਂਡ ਇਨਵੈਸਟੀਗੇਸ਼ਨ ਇਜ਼ ਆਰਡਰਡ ਹੁਣ ਆਪਾਂ ਨੇ ਗੱਲ ਲਿਖਣੀ ਹੈ ਐਫ ਆਈ ਆਰ ਦੀ ਤੇ ਇਨਕੁਆਰੀ ਦੀ ਠੀਕ ਹੈ ਜਦੋਂ ਆਪਾਂ ਨੇ ਹਾਉ ਵਾਲੀ ਲਾਈਨ ਦੱਸਤੀ ਤਾਂ ਜਿਹੜੀਆਂ 1 2 ਲਾਈਨਸ ਨੇ ਹੋ ਆਪਾਂ ਨੇ ਐਫ ਆਈ ਆਰ ਦਰਜ ਹੋ ਗਈ ਇਨਕੁਆਰੀ ਚੱਲ ਰਹੀ ਹੈ ਤਾਂ ਇਹ ਵਾਲੀ ਲਾਈਨ ਲਿਖਣੀ ਹੈ ਫਾਈਨ ਉਸ ਤੋਂ ਬਾਅਦ ਹੈ ਡੇਲੀ ਰੋਡ ਐਕਸੀਡੈਂਟਸ ਆਰ ਕਾਮਨ ਡਿਊ ਟੂ ਰੈਕਲੈਸ ਡਰਾਈਵਿੰਗ ਹੁਣ ਅੰਨੇ ਵਾ ਜਿਹੜੇ ਡਰਾਈਵਿੰਗ ਹੋ ਰਹੀ ਹੈ ਇਹਦੇ ਨਾਲ ਰੋਡ ਐਕਸੀਡੈਂਟਸ ਡੇਲੀ ਹੋ ਰਹੇ ਨੇ ਐਂਡ ਪੋਰ ਕੰਡੀਸ਼ਨਸ ਆਫ ਦਾ ਰੋਡ ਕਿਉਂਕਿ ਰੋਡਸ ਦੀ ਕੰਡੀਸ਼ਨ ਵੀ ਪੋਰ ਹੈ ਇੰਡੀਆ ਹੈਜ਼ ਵਿਟਨੇਸਡ 500 ਡੈਥਸ ਇਨ ਰੋਡ ਐਕਸੀਡੈਂਟ ਐਵਰੀ ਡੇ ਹਰ ਰੋਜ਼ 500 ਦੇ ਕਰੀਬ ਡੈਥ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਠੀਕ ਹੈ ਸੋ ਇਹ ਲਾਸਟ ਦੇ ਵਿੱਚ ਆਪਾਂ ਨੇ ਵਾਈਂਡ ਅਪ ਕਰ ਦੇਣਾ ਫਾਈਨ ਤਾਂ ਨਿਊਜ਼ਪੇਪਰ ਰਿਪੋਰਟ ਐਦਾਂ ਲਿਖਣੀ ਹੈ ਅਗਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਹੋਰ ਫਾਰਮੈਟ ਹੈਗਾ ਉਹ ਵੀ ਮੈਂ ਤੁਹਾਨੂੰ ਦੱਸ ਦਾਂਗੀ ਇਹ ਵਾਲਾ ਫਾਰਮੈਟ ਤੁਸੀਂ ਫੋਲੋ ਕਰ ਸਕਦੇ ਹੋ ਫੋਰ ਐਗਜ਼ਾਮਪਲ ਇਹ ਬਲੱਡ ਡੋਨੇਸ਼ਨ ਵਾਲੀ ਹੈ ਇੱਥੇ ਤੁਸੀਂ ਰੋਡ ਐਕਸੀਡੈਂਟ ਵਾਲਾ ਲਿਖਤਾ ਕੈਪੀਟਲ ਲੈਟਰ ਚ ਉਸ ਤੋਂ ਬਾਅਦ ਅ ਰਿਪੋਰਟ ਉਸ ਤੋਂ ਬਾਅਦ ਡੇਟ ਪਾ ਕੇ ਠੀਕ ਹੈ ਇਅਰ ਪਾ ਕੇ ਮੰਥ ਪਾ ਕੇ ਉਸ ਤੋਂ ਬਾਅਦ ਆਪਾਂ ਨੇ ਸਿੱਧਾ ਐਸਏ ਟਾਈਪ ਜਿਹੜਾ ਹੈ ਬਣਾ ਕੇ ਰਿਪੋਰਟ ਲਿਖ ਦੇਣੀ ਹੈ ਲੇਕਿਨ ਫਾਰਮੈਟ ਉਹੀ ਫੋਲੋ ਕਰਨਾ ਹੈ ਕਿ ਸਭ ਤੋਂ ਪਹਿਲਾਂ ਓਪਨਿੰਗ ਲਾਈਨਸ ਹੈ ਫਿਰ ਵੈਨ ਵੇਅਰ ਇਹ ਵਾਲੀਆਂ ਲਾਈਨਸ ਹੈ ਫਿਰ ਹਾਊ ਵਾਲੀਆਂ ਲਾਈਨਸ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਏ ਲਾਈਨ ਨੇ ਕਿ ਐਫ ਆਈ ਆਰ ਦਰਜ ਹੋਈ ਹੈ ਠੀਕ ਹੈ ਇਹ ਸਾਰੀਆਂ ਇਨਵੈਸਟੀਗੇਸ਼ਨ ਵਾਲੀਆਂ ਲਾਈਨ ਦੈਨ ਵਾਈਂਡ ਆਪ ਠੀਕ ਹੈ ਤਾਂ ਪੈਰਾ ਬਣਾ ਕੇ ਇਦਾਂ ਵੀ ਲਿਖ ਸਕਦੇ ਆ ਉਦਾਂ ਚਾਹੁੰਦੇ ਆ ਤਾਂ ਉਦਾਂ ਵੀ ਲਿਖ ਸਕਦੇ ਹੁਣ ਸੈਕੰਡ ਵਾਲੀ ਕਰਾਂਗੇ ਰਾਈジング ਪ੍ਰਾਈਸੇਸ ਕਰੰਟ ਇਸ਼ੂਸ ਕੋਈ ਵੀ ਕਰੰਟ ਇਸ਼ੂ ਦੇ ਉੱਤੇ ਹੈ ਰਾਈジング ਪ੍ਰਾਈਸੇਸ ਦੇ ਉੱਤੇ ਹੈ ਤਾਂ ਆਪਾਂ ਨੇ ਇੱਥੇ ਹੀ ਲਿਖਣਾ ਹੈ ਪਹਿਲਾ ਟਾਈਟਲ ਵੱਡੇ ਅੱਖਰਾਂ ਵਿੱਚ ਅ ਰਿਪੋਰਟ ਦੈਨ ਸੈਂਡਰ ਐਡਰੈਸ ਜਿਵੇਂ ਆਪਾਂ ਲੈਟਰ ਚ ਲਿਖਦੇ ਆ ਠੀਕ ਹੈ ਫਿਰ ਡੇਟ ਉਰੇ ਆਪਾਂ ਨੇ ਲਾਈਨ ਨਹੀਂ ਛੱਡਣੀ ਠੀਕ ਹੈ ਲੈਟਰ ਚ ਤਾਂ ਆਪਾਂ ਲਾਈਨ ਛੱਡਦੇ ਆ ਇੱਥੇ ਦੈਨ ਡੇਟ ਦੈਨ ਰਿਸੀਵਰਸ ਐਡਰੈਸ ਰਿਸੀਵਰ ਕੌਣ ਹੈ ਹੁਣ ਰਾਈਜ਼ਿੰਗ ਪ੍ਰਾਈਸਿਸ ਦੀ ਗੱਲ ਆਪਾਂ ਨੇ ਰਿਪੋਰਟ ਭੇਜਣੀ ਹੈਗੀ ਹੈ ਆਨਰੇਬਲ ਮਿਨਿਸਟਰ ਨੂੰ ਤੁਹਾਨੂੰ ਇਹ ਦੱਸਣਗੇ ਕਿ ਆਨਰੇਬਲ ਮਿਨਿਸਟਰ ਨੂੰ ਭੇਜੋ ਜਾਂ ਜਿੱਥੇ ਵੀ ਭੇਜਣੀ ਆ ਆਡਰੈਸ ਲਿਖ ਦੇਣਾ ਆਨਰੇਬਲ ਮਿਨਿਸਟਰ ਮਿਨਿਸਟਰ ਆਫ ਫਾਈਨਾਂਸ ਕਿਉਂਕਿ ਜਿਹੜਾ ਪ੍ਰਾਈਸਿਸ ਵਾਲਾ ਹੈ ਉਹ ਫਾਈਨਾਂਸ ਮਿਨਿਸਟਰ ਹੈ ਕਰੰਟ ਇਸ਼ੂਜ਼ ਦੀ ਕੋਈ ਗੱਲ ਹੈਗੀ ਹੈ ਤਾਂ ਉਹ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਵੀ ਮਿਨਿਸਟਰ ਤੁਹਾਨੂੰ ਲੱਗਦਾ ਕਿ ਇਹ ਵੀ ਭਾਗ ਇਸ ਨੂੰ ਸੰਭਾਲਦਾ ਹੋਊਗਾ ਉਸ ਨੂੰ ਲਿਖ ਦੇਣਾ ਪਾਰਲੀਮੈਂਟ ਹਾਊਸ ਨਿਊ ਦਿੱਲੀ एक होर चीज़ नोट डाउन करनी है कि कितने भी अपने फुल स्टॉप इतने कोमा वगैरह नहीं पाँगा जबकि आप लैटर पाते हैं इतने नहीं पाना रिपोर्ट राइटिंग ठीक है फिर उस तो बाद जिम्मे आप लैटर से सबजैक्ट लिखते हैं लैटर सबजैक्ट लिखते हैं ना कि राइसिंग प्राइस ऑफ डेली आर्टिकल्स तो सेम एज इट इज ई उतारण है दैन रिस्पैक्ट सर कोई कौमा नहीं फाइन तो रिपोर्ट राइटिंग कोई कौमा वगैरह फुल स्टॉप वगैरह नहीं लाना उस तो बाद फिर दोबारा आपको टाइप स्टार्ट कर देना द प्राइस ऑफ इसशियल आर्टिकल्स ਆਰ ਰਾਈਜ਼ਿੰਗ ਡੇ ਬਾਈ ਡੇ ਸਿਨਸ ਦਾ ਬਿਗਨਿੰਗ ਆਫ ਥਿਸ ਈਅਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਜਿਹੜਾ ਹੈ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹਨਾਂ ਦੇ ਪ੍ਰਾਈਸ ਡੇ ਬਾਈ ਡੇ ਹਾਈ ਹੋ ਰਹੇ ਨੇ ਦਾ ਪ੍ਰਾਈਸ ਆਫ ਸਿਲੰਡਰ ਇਜ਼ ਅਬਵ 1000 ਰੁਪੀਸ ਸਿਲੰਡਰ ਦੀ ਕੀਮਤ ਹੀ 1000 ਰੁਪਏ ਹੈ ਦਾ ਪ੍ਰਾਈਸ ਪ੍ਰਾਈਸਸ ਆਫ ਰਾਈਸ ਹੋ ਗਏ ਚਾਵਲਾਂ ਦੀ ਕੀਮਤ ਹੋ ਗਈ ਪਲਸਿਸ ਦਾਲਾਂ ਦੀ ਹੋ ਗਈ ਵੈਜੀਟੇਬਲਸ ਯਾਨੀ ਕਿ ਸਬਜ਼ੀਆਂ ਦੀ ਹੋ ਗਈ ਐਂਡ ਫਲੋਰ ਅਤੇ ਆਟੇ ਦੀ ਹੈਵ ਟਚਡ ਦਾ ਸਕਾਈ ਅਸਮਾਨ ਨੂੰ ਛੂਰੀਆਂ ਨੇ ਇਹਨਾਂ ਦੀਆਂ ਕੀਮਤਾਂ ਦਾ ਕਾਮਨ ਮੈਨ ਇਜ਼ ਅੰਡਰ ਦਾ ਪ੍ਰੈਸ਼ਰ ਆਫ ਦਾ ਰਾਈਜ਼ਿੰਗ ਪ੍ਰਾਈਸਸ ਹੁਣ ਜਿਹੜਾ ਆਮ ਇਨਸਾਨ ਹੈ ਉਹ ਉੱਚੀਆਂ ਕੀਮਤਾਂ ਦੇ ਬਹੁਤ ਸੇ ਥੱਲੇ ਦਬ ਕੇ ਰਹਿ ਗਿਆ ਹਾਊਸ ਵਾਈਫਸ ਆਰ ਹੈਲਪਲੈਸ ਹੁਣ ਜਿਹੜੀਆਂ ਘਰੇਲੂ ਔਰਤਾਂ ਨੇ ਬਹੁਤ ਹੀ ਜ਼ਿਆਦਾ ਮਜਬੂਰ ਹੋ ਗਈਆਂ ਨੇ ਦੇ ਆਰ ਅਨੇਬਲ ਟੂ ਮੈਨੇਜ ਦਾ ਕਿਚਨ ਬਜਟ ਹੁਣ ਕਿਚਨ ਕਿਚਨ ਦਾ ਜਿਹੜਾ ਬਜਟ ਹੈ ਰਸੋਈ ਦਾ ਬਜਟ ਹੈ ਉਹ ਅਨੇਬਲ ਨੇ ਮੈਨੇਜ ਕਰਨ ਤੋਂ ਅਯੋਗ ਨੇ ਬਿਲਕੁਲ ਹੀ ਸਿਚੁਏਸ਼ਨ ਇਜ਼ ਵੈਰੀ ਕ੍ਰਿਟੀਕਲ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ so necessary steps should be taken necessary steps ਲੈਣੇ ਚਾਹੀਦੇ ਨੇ some suggestions are ਹੁਣ ਸੁਜੈਸ਼ਨਸ ਵੀ ਦਿੱਤੇ ਜਾ ਰਹੇ ਨੇ ਠੀਕ ਹੈ ਤਾਂ ਰਾਈਸ ਇਨ ਪ੍ਰਾਈਸ ਦੇ ਵਿੱਚ ਤੁਸੀਂ ਸੁਜੈਸ਼ਨ ਵੀ ਦੇ ਸਕਦੇ ਹੋ ਐਕਸਪੋਰਟ ਟੈਕਸਿਸ ਓਨ ਰਾਈਸ ਸੀਮੈਂਟ ਐਟ ਸੈਟਰਾ ਸ਼ੁੱਡ ਬੀ ਵਿਦਡਰੌਨ ਤਾਂ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਚਾਹੀਦਾ ਇਹ ਵਾਲੇ ਟੈਕਸਿਸ ਨੂੰ ਡੇਲੀ ਯੂਜ਼ਡ ਆਰਟੀਕਲਸ ਸ਼ੁੱਡ ਬੀ ਇੰਪੋਜ਼ਡ ਬਾਈ ਐਨੀ ਟੈਕਸਿਸ ਸ਼ੁੱਡ ਨਾਟ ਬੀ ਇੰਪੋਜ਼ਡ ਬਾਈ ਐਨੀ ਟੈਕਸਿਸ ਹੁਣ ਜਿਹੜੇ ਡੇਲੀ ਵਾਲੀਆਂ ਰੁਟੀਨਾ ਚੀਜ਼ਾਂ ਨੇ ਉਹਨਾਂ ਦੇ ਉੱਤੇ ਟੈਕਸ ਨਾ ਲਗਾਵੇ ਸਰਕਾਰ ਪ੍ਰਾਈਸਿਸ ਸ਼ੁੱਡ ਬੀ ਚੈਕਡ ਪ੍ਰਾਈਸਿਸ ਨੂੰ ਮੰਥ ਟੂ ਮੰਥ ਜਾਂ ਫਿਰ ਕੁਆਰਟਰਲੀ ਮੰਥ ਦੇ ਵਿੱਚ ਜਿਹੜੇ ਚੈੱਕ ਕਰਨੇ ਚਾਹੀਦੇ ਆ ਤਾਂ ਯੂਅਰਸ ਫੇਥਫੁਲੀ ਤੁਹਾਡੇ ਵਿਸ਼ਵਾਸ ਪਾਤਰ ਮੀਤ ਕਪੂਰ ਸੈਕਟਰੀ ਠੀਕ ਹੈ ਸੋ ਇਹ ਬਣਾਣਾ ਹੈ ਉਸ ਤੋਂ ਬਾਅਦ ਚ ਹੈ ਮੈਗਜ਼ੀਨ ਦੇ ਲਈ ਬਣਾਣਾ ਹੈ ਠੀਕ ਹੈ ਬਿਲਕੁਲ ਸਿੰਪਲ ਸੋਬਰ ਜਿਹੜਾ ਹੈ ਫਾਰਮੈਟ ਹੈ ਇਹ ਬਲੱਡ ਡੋਨੇਸ਼ਨ ਕੈਂਪ ਲੱਗਿਆ ਹੈ ਜਾਂ ਫਿਰ ਕਾਲਜ ਕੈਂਪਸ ਦੇ ਵਿੱਚ ਕੁਝ ਹੋਰ ਮਤਲਬ ਕਿ ਐਗਜ਼ੀਬਿਸ਼ਨ ਟਾਈਪ ਲੱਗਿਆ ਤਾਂ ਤੁਸੀਂ ਆਪਣੇ ਆਪ ਬਣਾ ਕੇ ਆਉਣਾ ਹੈਗਾ ਸਿਰਫ ਮੈਂ ਤੁਹਾਨੂੰ ਜਸਟ ਦੱਸ ਰਹੀ ਕਿ ਇੱਕ ਜਿਹੜੀਆਂ ਹੈ ਤੁਸੀਂ 12 ਲਾਈਨਾਂ ਅਗਰ ਤੁਹਾਡਾ 12 ਨੰਬਰ ਦੀ ਰਿਪੋਰਟ ਰਾਈਟਿੰਗ ਹੈ ਤਾਂ 12 15 ਲਾਈਨਸ ਤੁਸੀਂ ਲਿਖੀ ਹੋਣੀਆਂ ਠੀਕ ਹੈ ਸੋ ਬਲੱਡ ਡੋਨੇਸ਼ਨ ਕੈਂਪ ਇਨ ਦਾ ਕਾਲਜ ਕੈਂਪਸ ਠੀਕ ਹੈ ਬੋਲਡ ਲੈਟਰਸ ਚ ਲਿਖਣੀ ਹੈ ਫਿਰ ਅ ਰਿਪੋਰਟ ਫਿਰ ਆਪਣਾ ਡੇਟ ਮਨਥ ਤੇ ਇਅਰ ਉਸ ਤੋਂ ਬਾਅਦ ਹਾਈਫਨ ਪਾਉਣਾ ਹੈ ਠੀਕ ਹੈ ਐਦਾਂ ਹੀ ਸਟਾਰਟ ਕਰਨਾ ਹੈ ਹਾਈਫਨ ਪਾ ਕੇ a blood donation camp was organized in the college campus on this sunday is sunday college de vich university de vich jada hai sade blood donation camp lagya siga the team of 3 doctors and 5 nurses of the park hospital patiala offered their services for it. ਉਹ ਦੇਖੋ ਕਿਥੋਂ ਟੀਮ ਆਈ ਸੀ پارک ਹਸਪੀਟਲ ਤੋਂ 3 ਡਾਕਟਰ ਸੀ 5 ਨਰਸਾਂ ਸੀਗੀਆਂ ਠੀਕ ਹੈ ਅਤੇ ਇਹਨਾਂ ਨੇ ਆ ਕੇ ਇੱਥੇ ਜਿਹੜੀ ਸੀ ਸਰਵਿਸਿਜ਼ ਕੀਤੀਆਂ ਸਰਵਿਸਿਜ਼ ਕਿਹਦਾ ਖੂਨ ਦਾਨ ਦੀਆਂ। a large number of teachers and students donated blood proudly and cheerfully। ਬਹੁਤ ਹੀ ਨੰਬਰ ਮਤਲਬ ਕਾਫੀ ਸਾਰੀਆਂ ਟੀਚਰਜ਼ بڑے سارے ਸਟੂਡੈਂਟਸ ਨੇ ਬੜੇ ਹੀ ਜਿਹੜਾ ਹੈ ਪ੍ਰਾਊਡਲੀ ਬੜੇ ਸਤਿਕਾਰ ਦੇ ਨਾਲ ਮਾਣ ਦੇ ਨਾਲ ਚੀਅਰਫੁਲੀ ਹੱਸਦੇ ਹੱਸੇ ਬਲੱਡ ਡੋਨੇਟ ਕੀਤਾ ਗੈਸਟ ਐਂਡ ਵਿਜ਼ਿਟਰਸ ਵਰ ਆਲਸੋ ਮੋਟੀਵੇਟਡ ਟੂ ਡੋਨੇਟ ਦ ਬਲੱਡ ਹੁਣ ਜਿਹੜੇ ਗੈਸਟ ਆਏ ਹੋਏ ਸੀਗੇ ਜਿਹੜੇ ਵਿਜ਼ਿਟਰ ਆਏ ਹੋਏ ਸੀਗੇ ਠੀਕ ਹੈ ਉਹਨਾਂ ਨੂੰ ਵੀ ਮੋਟੀਵੇਟ ਕੀਤਾ ਗਿਆ ਬਲੱਡ ਡੋਨੇਸ਼ਨ ਦੇ ਲਈ ਚੀਫ ਗੈਸਟ ਡਾਕਟਰ ਮਾਨ ਆਲਸੋ ਮੋਟੀਵੇਟਡ ਦ ਵਿਜ਼ਿਟਰਸ ਟੂ ਕਮ ਫਾਰਵਰਡ ਟੂ ਡੋਨੇਟ ਬਲੱਡ ਵਿਲਿੰਗਲੀ ਹੁਣ ਦੇਖੋ ਟੀਚਰ ਡੋਨੇਟ ਕਰ ਰਹੇ ਸੀਗੇ ਸਟੂਡੈਂਟਸ ਕਰ ਰਹੇ ਸੀ ਤਾਂ ਜਿਹੜੇ ਗੈਸਟ ਸੀਗੇ ਠੀਕ ਹੈ ਉਹਨਾਂ ਨੂੰ ਵੀ ਜਿਹੜਾ ਹੈ ਮੋਟੀਵੇਟ ਕੀਤਾ ਗਿਆ ਜਿਹੜੇ ਚੀਫ ਗੈਸਟ ਡਾਕਟਰ ਮਾਨ ਬੁਲਾਏ ਗਏ ਸੀ ਉਹਨਾਂ ਨੇ ਮੋਟੀਵੇਟ ਕੀਤਾ ਜਿਹੜੇ ਵੀ ਵਿਜ਼ਿਟਰ ਆ ਰਹੇ ਸੀ ਕਿ ਵੀ ਆਓ ਤੁਸੀਂ ਵੀ ਜਿਹੜਾ ਹੈ ਆਪਣੀ ਇੱਛਾ ਦੇ ਅਨੁਸਾਰ ਜਿਹੜਾ ਹੈਗਾ ਖੂਨ ਦਾਨ ਕਰੋ ਸ਼ੀ ਸੈਡ ਦੈਟ ਇਨ ਇੰਡੀਆ ਉਹ ਕਹਿੰਦੀ ਭਾਰਤ ਦੇ ਵਿੱਚ ਪੀਪਲ ਆਰ ਨੋਟ ਮੋਟੀਵੇਟਿਡ ਕਹਿੰਦੇ ਪੀਪਲ ਜਿਹੜੇ ਨੇ ਲੋਕ ਨੇ ਉਹ ਖੂਨ ਦਾਨ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਦੇ ਆਫਰਡ ਆਫ ਥਿਸ ਤੋਂ ਡਰਦੇ ਨੇ ਦੇ ਸੋ ਸ਼ੀ also told that only one unit of blood 450 ml is taken at one time and it recuprates the loss automatically within 20 4 hours hun eh kande jehde doctor maan hageya eh kande ke ek unit blood hi liya jayega 450 ml eko var te vich ate eh automatically 24 ghante baad toda pura ho jayega jinna kadeya unna hi dobara banjega ਬਲੱਡ ਡੋਨੇਸ਼ਨ ਇਜ਼ ਨਾਟ ਅ ਰਿਸਕ ਇਹ ਕੋਈ ਰਿਸਕ ਨਹੀਂ ਹੈਗਾ ਜੋਖਮ ਭਰਿਆ ਕੰਮ ਨਹੀਂ ਹੈ ਇਟ ਇਜ਼ ਅ ਸਰਵਿਸ ਆਫ ਹਿਊਮੈਨਿਟੀ ਮਾਨਵਤਾ ਦੀ ਇਹ ਸੇਵਾ ਹੈ ਇਟ ਕੋਸਟਸ ਕੋਸਟ ਨਥਿੰਗ ਇਹ ਕੁਝ ਵੀ ਨਹੀਂ ਜਿਹੜੀ ਹੈ ਇਸ ਦੇ ਕੋਈ ਵੀ ਕੀਮਤ ਨਹੀਂ ਹੈ ਬਟ ਅਰਨਸ ਗੋਡਸ ਬਲੇਸਿੰਗ ਪਰ ਰੱਬ ਦੀ ਤੁਹਾਨੂੰ ਆਸ਼ੀਰਵਾਦ ਮਿਲਦਾ ਹੈ this was an inspirational speech 200 bottles were collected and collected blood was sent to the hospital to save precious lives hun dekho ਇਹੀ ਇੱਕ ਇਨਸਪੀਰੇਸ਼ਨਲ ਵਾਲੀ ਸਪੀਚ ਸੀ ਅਤੇ 200 ਬੋਟਲਸ ਕਲੈਕਟ ਹੋ ਗਈਆਂ ਸਭ ਨੇ ਖੂਨਦਾਨ ਕੀਤਾ ਠੀਕ ਹੈ ਅਤੇ ਇਹ ਵਾਲਾ ਜਿਹੜਾ ਬਲੱਡ ਸੀ ਖੂਨਦਾਨ ਵਾਲਾ ਇਹ ਵਾਲਾ ਖੂਨ ਜਿਹੜਾ ਸੀਗਾ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਤਾਂ ਕਿ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ ਸੋ ਰਿਪੋਰਟਡ ਬਾਈ ਮੀਥ ਠੀਕ ਹੈ ਕਿਸ ਨੇ ਰਿਪੋਰਟ ਕੀਤਾ ਮੀਥ ਨੇ ਸੈਕਟਰੀ ਫਾਈਨ ਹੁਣ ਨੈਕਸਟ ਹੈਗਾ ਐਨੂਅਲ ਡੇ ਸੈਲੀਬ੍ਰੇਸ਼ਨ ਆਫ ਦਾ ਕਾਲਜ ਯੂਨੀਵਰਸਿਟੀ ਹੁਣ ਦੇਖੋ ਆਪਾਂ ਨੇ ਜਿਹੜਾ ਹੈ ਬੋਲਡ ਲੈਟਰ ਚ ਲਿਖਣਾ ਹੈ ਅ ਰਿਪੋਰਟ ਹੁਣ ਇੱਕ ਗੱਲ ਹੋਰ ਹੈ ਕਿ ਤੁਸੀਂ ਕਹੋਗੇ ਕਿ ਮੈਡਮ ਤੁਸੀਂ ਚਾਰ ਪੰਜ ਕਰਾਈਆਂ ਨੇ ਇਸ ਦੇ ਵਿੱਚੋਂ ਆਇ ਨਹੀਂ ਤਾਂ ਫਾਰਮੈਟ ਹੀ ਸਮਝਾ ਰਹੀਆਂ ਇਹਨਾਂ ਦੇ ਨਾਲ ਮਿਲਦੀਆਂ ਜੁਲਦੀਆਂ ਆ ਸਕਦੀਆਂ ਅਗਰ ਨਾ ਵੀ ਆਈਆਂ ਤਾਂ ਆਪਣੇ ਕੋਲੋਂ ਬਣਾ ਕੇ ਆਪਾਂ ਨੇ ਲਿਖਣਾ ਹੈ ਲੇਕਿਨ ਐਦਾਂ ਹੀ ਸਟਾਰਟਿੰਗ ਕਰਨੀ ਹੈ ਐਦਾਂ ਹੀ ਐਂਡ ਕਰਨਾ ਹੈ ਫਾਈਨ ਡੇ ਲਿਖਣਾ ਹੈ ਮੰਥ ਲਿਖਣਾ ਹੈ ਇਅਰ ਲਿਖਣਾ ਹੈ ਉਸ ਤੋਂ ਬਾਅਦ ਹੈ ਦਾ ਐਨੂਅਲ ਟੀ ਸੈਲੀਬ੍ਰੇਸ਼ਨ ਇਨ ਆਰ ਕਾਲਜ ਟੁਕ ਪਲੇਸ ਇਨ ਦਾ ਕਾਲਜ ਯੂਨੀਵਰਸਿਟੀ ਠੀਕ ਹੈ ਕਾਲਜ ਲਿਖ ਦਿਓ ਯੂਨੀਵਰਸਿਟੀ ਲਿਖ ਦਿਓ ਸਕੂਲ ਲਿਖ ਦਿਓ ਤਾਂ ਐਨੂਅਲ ਡੇ ਸੈਲੀਬ੍ਰੇਸ਼ਨ ਹੋ ਰਹੀ ਸੀ ਸਾਡੇ ਕਾਲਜ ਦੇ ਵਿੱਚ ਮਨਾਈ ਗਈ ਕੈਂਪਸ ਆਫ ਐਡੀਟੋਰੀਅਮ ਕਿੱਥੇ ਮਨਾਈ ਗਈ ਆਡੀਟੋਰੀਅਮ ਦੇ ਵਿੱਚ ਕਦੋਂ 20 ਦਸੰਬਰ 2023 ਨੂੰ ਹੁਣ ਦੇਖੋ ਅੱਜ ਆਪਾਂ ਰਿਪੋਰਟ ਲਿਖ ਰਹੇ ਹਾਂ ਇਟ ਮੀਨਸ 2-3 ਪਹਿਲਾਂ ਇੱਕ ਦਿਨ ਪਹਿਲਾਂ ਹੋਈ ਹੈ ਚੀਜ਼ ਫਾਈਨ ਦਾ ਵੀ ਸੀ ਆਫ ਆਰ ਯੂਨੀਵਰਸਿਟੀ ਡਾਕਟਰ ਅਰਵਿੰਦ ਵਾਸ ਦਾ ਚੀਫ ਗੈਸਟ ਹੁਣ ਵੀ ਸੀ ਜਿਹੜੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਡਾਕਟਰ ਰਵਿੰਦ ਉਹਨੂੰ ਚੀਫ ਗੈਸਟ ਬਣੇ ਸੀ ਦਾ ਆਡੀਟੋਰੀਅਮ ਵਾਸ ਬਿਊਟੀਫੁਲੀ ਡੈਕੋਰੇਟਡ ਆਡੀਟੋਰੀਅਮ ਜਿਹੜਾ ਸੀ ਬਹੁਤ ਅੱਛੇ ਤਰੀਕੇ ਨਾਲ ਡੈਕੋਰੇਟ ਕੀਤਾ ਗਿਆ ਇਟ ਵਾਸ ਅ ਪ੍ਰਾਊਡ ਮੂਮੈਂਟ ਫਾਰ 올 ਆਫ ਅਸ ਸਾਡੇ ਲਈ ਇੱਕ ਪ੍ਰਾਊਡ ਵਾਲਾ ਮੂਮੈਂਟ ਸੀ ਫਰਸਟਲੀ ਦਾ ਗਰਲਸ ਗਰੀਟਡ ਦਾ ਚੀਫ ਗੈਸਟ ਐਂਡ ਸੇਇੰਗ ਵੰਦਨਾ ਗੀਤ ਹੁਣ ਸਭ ਤੋਂ ਪਹਿਲਾਂ ਕੀ ਕੀਤਾ ਜਿਹੜੀਆਂ ਚੀਫ ਗੈਸਟ ਆਏ ਸੀ ਉਹਨਾਂ ਨੂੰ ਕੁੜੀਆਂ ਨੇ ਤਿਆਰ ਹੋ ਕੇ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਗ੍ਰੀਟ ਕੀਤਾ ਠੀਕ ਹੈ ਅਤੇ ਨਾਲ ਹੀ ਵੰਦਨਾ ਗੀਤ ਵੀ ਗਾਇਆ ਤੋਂ ਯੂਨੀਵਰਸਿਟੀ ਦਾ ਇੱਕ ਵੰਦਨਾ ਗੀਤ ਵੀ ਹੈ ਆਰ ਪ੍ਰਿੰਸੀਪਲ ਡਿਲੀਵਰਡ ਵੈਲਕਮ ਸਪੀਚ ਸਾਡੇ ਪ੍ਰਿੰਸੀਪਲ ਨੇ ਵੈਲਕਮ ਸਪੀਚ ਜਿਹੜੀ ਸੀਗੀ ਦਿੱਤੀ ਆਫਟਰ ਥੈਟ ਸਟੂਡੈਂਟਸ ਪ੍ਰੈਜ਼ੈਂਟਡ ਅ ਰੇਂਜ ਆਫ ਕਲਚਰਲ ਪ੍ਰੋਗਰਾਮਸ ਤਾਂ ਬਹੁਤ ਸਾਰੇ ਜਿਹੜੇ ਸੀ ਕਲਚਰਲ ਪ੍ਰੋਗਰਾਮ ਸਟੂਡੈਂਟਸ ਨੇ ਪ੍ਰੈਜ਼ੈਂਟ ਕੀਤੇ ਦੇ ਸ਼ੋਰਟ देयर ਪੋਟੈਂਸ਼ੀਅਲ ਤੇ ਉਹਨਾਂ ਨੇ ਆਪਣੀ ਪੋਟੈਂਸ਼ੀਅਲਿਟੀ ਦਿਖਾਈ ਸਮਰੱਥਾਾਂ ਦਿਖਾਈਆਂ ਅ ਵਾਈਡ ਰੇਂਜ ਆਫ ਸੌਂਗਸ ਡਾਂਸਿਸ ਡਰਾਮਾਸ ਵਾਸ ਪ੍ਰੈਜ਼ੈਂਟਡ ਤਾਂ ਬਹੁਤ ਤਰ੍ਹਾਂ ਦੇ ਸੌਂਗ ਗਾਏ ਗਏ ਬਹੁਤ ਤਰ੍ਹਾਂ ਦੇ ਡਰਾਮਾਸ ਡਾਂਸਿਸ ਵਗੈਰਾ ਹੋਏ ਆਫਟਰ ਥੈਟ ਚੀਫ ਗੈਸਟ ਐਂਡ ਅਦਰ ਆਨਰੇਬਲ ਗੈਸਟ ਗੈਸਟ conveyed their message and appreciated our college university hun dekho bahut sare jinne vi chief guest aaye si ye honorable ja chief guest aaye si other guest aaye si ohna ne jehda hai ਮੈਸੇਜ ਦਿੱਤਾ ਸਾਨੂੰ ਐਪਰੀਸ਼ੀਏਟ ਕੀਤਾ ਸਾਡੇ ਕਾਲਜ ਨੂੰ ਕਿ ਬਹੁਤ ਵਧੀਆ ਪ੍ਰੋਗਰਾਮ ਸੀ ધ ਚੀਫ ਗੈਸਟ ਗੇਵ ਅਵੇ ਪ੍ਰਾਈਜ਼ਸ ਟੂ ਦਾ ਵਿਨਰਸ ਆਫ ਡਿਫਰੈਂਟ ਕੰਪੀਟੀਸ਼ਨ ਅਲੱਗ-ਅਲੱਗ ਕੰਪੀਟੀਸ਼ਨਾਂ ਦੇ ਵਿੱਚੋਂ ਜਿਹੜੇ ਵੀ ਜੇਤੂ ਸੀਗੇ ਉਹਨਾਂ ਨੂੰ ਚੀਫ ਗੈਸਟ ਦੇ ਵੱਲੋਂ ਇਨਾਮ ਦਿੱਤਾ ਗਿਆ ਰਿਫਰੈਸ਼ਮੈਂਟਸ ਵਰ ਸਰਵਡ ਟੂ 올 ਰਿਫਰੈਸ਼ਮੈਂਟ ਦਿੱਤੀਆਂ ਗਈਆਂ ਵਾਈਲ ਦਾ ਪ੍ਰੋਗਰਾਮ ਵਾਸ ਗੋਇੰਗ ਔਨ ਪ੍ਰੋਗਰਾਮ ਦੇ ਦੌਰਾਨ ਹੀ ਠੀਕ ਹੈ 15-20 ਮਿੰਟ ਦਾ ਜਿਹੜਾ ਬ੍ਰੇਕ ਲੈ ਕੇ ਸਭ ਨੂੰ ਰਿਫਰੈਸ਼ਮੈਂਟ ਦਿੱਤੀਆਂ ਗਈਆਂ ਵੀ ਥੈਂਕਡ ਆਰ ਗੈਸਟ ਐਂਡ ਪ੍ਰਿੰਸੀਪਲ ਫਾਰ ਗਿਵਿੰਗ ਅਸ ਦਾ ਓਪਰਚੁਨਿਟੀ ਟੂ ਅਟੈਂਡ ਥਿਸ ਬਿਊਟੀਫੁਲ ਫੰਕਸ਼ਨ ਐਂਡ ਦਾ ਫੰਕਸ਼ਨ ਵਾਸ ਓਵਰ ਹੁਣ ਦੇਖੋ ਅਸੀਂ ਥੈਂਕ ਕੀਤਾ ਪ੍ਰਿੰਸੀਪਲ ਨੂੰ ਠੀਕ ਹੈ ਨਾਲ ਹੀ ਗੈਸਟਾਂ ਨੂੰ ਜਿਨ੍ਹਾਂ ਨੇ ਸਾਨੂੰ ਓਪਰਚੁਨਿਟੀ ਦਿੱਤੀ ਇਹ ਬਿਊਟੀਫੁਲ ਫੰਕਸ਼ਨ ਅਟੈਂਡ ਕਰਨ ਦੀ ਜਦੋਂ ਫੰਕਸ਼ਨ ਜਿਹੜਾ ਸੀ ਓਵਰ ਹੋ ਗਿਆ ਇਟ ਇਜ਼ ਸਟਿਲ ਫਰੈਸ਼ ਇਨ ਆਰ ਮਾਈਂਡ ਸਾਡੇ ਹਲੇ ਵੀ ਜਿਹੜਾ ਹੈ ਇਹ ਮਾਈਂਡਸ ਦੇ ਵਿੱਚ ਬਿਲਕੁਲ ਫਰੈਸ਼ ਹੈ ਅਤੇ ਸਾਡੀਆਂ ਯਾਦਾਂ ਤਰੋ ਤਾਜ਼ੀਆਂ ਹੋ ਜਾਂਦੀਆਂ ਨੇ ਸੋ ਮੀਤ ਕਪੂਰ ਸਟੂਡੈਂਟ ਐਡੀਟਰ ਸੋ ਏਸੀ ਫਾਰਮੈਟ ਲੈਟਰ ਰਾਈਟਿੰਗ ਦਾ ਮੈਂ ਪਿੰਨ ਕਰ ਦੂੰਗੀ ਥੈਂਕ ਯੂ ਸੋ ਮੱਚ